ਪੰਜਾਬਣਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਪੰਜਾਬਣਾਂ ਨੂੰ ਤੀਆਂ ਦੇ ਮੇਲੇ ਦਾ ਬੇਹੱਦ ਜ਼ਿਆਦਾ ਚਾਅ ਹੁੰਦਾ, ਤਾਂ ਇਸ ਮੇਲੇ ਨੂੰ ਲੈ ਕੇ ਤਿਆਰੀਆਂ ਵੀ ਪੂਰੀਆਂ ਕੀਤੀਆਂ ਜਾਂਦੀਆਂ ਨੇ। ਪਰ ਹੁਣ ਤੀਆਂ ਦਾ ਮੇਲਾ ਜੋ ਹੈ ਕੈਨੇਡਾ ਦੀ ਸਰੀ ਦੇ ਵਿੱਚ ਮਨਾਇਆ ਗਿਆ, ਜਿੱਥੇ ਵੱਧ ਚੜ੍ਹ ਕੇ ਪੰਜਾਬਣਾਂ ਦੇ ਵੱਲੋਂ ਅਤੇ ਹੋਰ ਜੋ ਲੋਕ, ਹੋਰ ਜੋ ਔਰਤਾਂ, ਹਰ ਵਰਗ ਦੀਆਂ ਔਰਤਾਂ ਇਸ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੀਆਂ ਸੀ, ਉਹ ਇਸ ਦੇ ਵਿੱਚ ਸ਼ਾਮਿਲ ਹੋਈਆਂ ਅਤੇ ਬੜੀ ਧੂਮਧਾਮ ਦੇ ਨਾਲ ਤੀਆਂ ਦਾ ਮੇਲਾ ਸਰੀ ਦੇ ਵਿੱਚ ਮਨਾਇਆ ਗਿਆ। ਤੁਸੀਂ ਵੀ ਦੇਖੋ ਇਹ ਸਾਰੀਆਂ ਤਸਵੀਰਾਂ। ਕੈਨੇਡਾ ਦੀ ਸਰੀ ਦੇ ਵਿੱਚ ਤੀਆਂ ਦਾ ਮੇਲਾ ਆਯੋਜਿਤ ਕੀਤਾ ਗਿਆ, ਜਿਸ ਦੇ ਵਿੱਚ ਹਰ ਵਰਗ ਦੀਆਂ ਮਹਿਲਾਵਾਂ ਸ਼ਾਮਿਲ ਹੋਈਆਂ। ਦੱਸ ਦਈਏ ਕਿ ਇਸ ਦੇ ਵਿੱਚ ਭੰਗੜੇ ਅਤੇ ਗਿੱਧੇ ਦੇ ਨਾਲ ਰੌਣਕਾਂ ਲਗਾਈਆਂ ਗਈਆਂ। ਪੰਜਾਬੀ ਸਿੰਗਰਾਂ ਦੇ ਵੱਲੋਂ ਵੀ ਇਸ ਤੀਆਂ ਦੇ ਮੇਲੇ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਬਣਾਇਆ ਗਿਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੀਆਂ ਦੇ ਇਸ ਮੇਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਮਹਿਲਾਵਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਇੰਜੋਏ ਕੀਤਾ ਜਾ ਰਿਹਾ। ਤਾਂ ਦੱਸ ਦਈਏ ਕਿ ਹਰ ਵਰਗ ਦੀਆਂ ਮਹਿਲਾਵਾਂ ਕਾਫੀ ਜ਼ਿਆਦਾ ਉਤਸ਼ਾਹਿਤ ਵੀ ਨਜ਼ਰ ਆਈਆਂ। ਮਹਿਲਾਵਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਬਾਹਰ ਆ ਕੇ ਜਦੋਂ ਇਹੋ ਜਿਹਾ ਮਾਹੌਲ ਮਿਲਦਾ ਤੇ ਉਹ ਕਾਫੀ ਜ਼ਿਆਦਾ ਆਪਣਾਪਣ ਮਹਿਸੂਸ ਕਰਦੀਆਂ ਨੇ। ਤੀਆਂ ਦਾ ਚਾਅ ਤਾਂ ਮਹਿਲਾਵਾਂ ਨੂੰ, ਕੁੜੀਆਂ ਨੂੰ ਸ਼ੁਰੂ ਤੋਂ ਹੀ ਹੁੰਦਾ ਅਤੇ ਪਿੰਡਾਂ ਦੇ ਵਿੱਚ ਬਰੋਟਿਆਂ ਦੇ ਹੇਠਾਂ ਪੀਂਘਾਂ ਪਾਈਆਂ ਜਾਂਦੀਆਂ ਨੇ, ਇਸ ਤਰੀਕੇ ਦੇ ਨਾਲ ਗਿੱਧੇ ਦੇ ਨਾਲ, ਭੰਗੜੇ ਦੇ ਨਾਲ ਤੀਆਂ ਮਨਾਈਆਂ ਜਾਂਦੀਆਂ ਨੇ ਅਤੇ ਨਾਲ ਦੀ ਨਾਲ ਆਪਣੇ ਪੇਕਾ ਪਰਿਵਾਰ ਨੂੰ ਯਾਦ ਕੀਤਾ ਜਾਂਦਾ ਕਿਉਂਕਿ ਤੀਆਂ ਦੇ ਵਿੱਚ ਸੰਧਾਰਾ ਲੈ ਕੇ ਭਰਾ ਆਪਣੀਆਂ ਭੈਣਾਂ ਦੇ ਘਰ ਆਉਂਦੇ ਨੇ। ਤਾਂ ਹੁਣ ਜਿਸ ਤਰੀਕੇ ਦੇ ਨਾਲ ਇਹ ਤੀਆਂ ਦਾ ਤਿਉਹਾਰ ਮਨਾਇਆ ਗਿਆ, ਪੰਜਾਬ ਦੀ ਉਹ ਵਾਲੀਆਂ ਤੀਆਂ ਅੱਜ ਇੱਥੇ ਚੇਤਾ ਆ ਗਈਆਂ, ਅਜਿਹਾ ਇੱਥੇ ਪਹੁੰਚਣ ਵਾਲੀਆਂ ਮਹਿਲਾਵਾਂ ਦਾ ਕਹਿਣਾ। ਸੋ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਅਤੇ ਸੁਣਾਉਂਦੇ ਹਾਂ ਇਸ ਮਾਮਲੇ ਦੇ ਵਿੱਚ ਜੋ ਮਹਿਲਾਵਾਂ ਤੀਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਸਰੀ ਦੇ ਵਿੱਚ ਸ਼ਾਮਿਲ ਹੋਈਆਂ, ਉਹਨਾਂ ਦਾ ਕੀ ਕਹਿਣਾ। ਇੰਡੀਆ ਵਾਲਾ ਮਾਹੌਲ, ਪੰਜਾਬ ਵਾਲਾ ਮਾਹੌਲ, ਮਤਲਬ ਜੋ ਤੀਆਂ ਦਾ ਮੇਲਾ ਇੱਥੇ ਹਰ ਸਾਲ ਹੁੰਦਾ ਹੈ, ਇੱਕ ਤਰ੍ਹਾਂ ਦਾ ਪ੍ਰਮੋਟ ਕਰ ਰਹੇ ਹਾਂ ਆਪਾਂ ਫੀਮੇਲਸ ਨੂੰ ਕਿ ਵੀ ਤੁਸੀਂ ਆਓ, ਇਕੱਠੇ ਹੋਵੋ, ਪੂਰਾ ਪੰਜਾਬ ਵਾਲਾ ਫੀਲ ਆ ਰਿਹਾ। ਹਾਂਜੀ, ਮੈਂ ਪਹਿਲੀ ਵਾਰ ਆਈ ਤੀਆਂ ਦੇ ਮੇਲੇ ਤੇ, ਬਟ ਮੇਰਾ ਐਕਸਪੀਰੀਅੰਸ ਇੰਨਾ ਸੋਹਣਾ ਰਿਹਾ, ਮੈਨੂੰ ਇੱਦਾਂ ਲੱਗਿਆ ਮੈਂ ਪੰਜਾਬ 'ਚ ਹੀ ਹਾਂ ਤੇ ਮੈਨੂੰ ਮਤਲਬ ਬਹੁਤ ਵਧੀਆ ਲੱਗਿਆ ਕਿ ਕੁੜੀਆਂ ਦੇ ਲਈ ਵੀ ਇੱਥੇ ਇੰਨੀ ਸਾਰੀ ਚੀਜ਼ਾਂ ਹੁੰਦੀਆਂ ਨੇ, ਕੁੜੀਆਂ ਲਈ, ਲੇਡੀਜ਼ ਲਈ, ਸਾਰਿਆਂ ਵਾਸਤੇ। ਤੇ ਸਭ ਤੋਂ ਵਧੀਆ ਗੱਲ ਇਹ ਸੀ ਕਿ ਡਿਫਰੈਂਟ ਡਿਫਰੈਂਟ ਸਿੰਗਰਸ ਆਏ, ਉਹਨਾਂ ਨੇ ਡਿਫਰੈਂਟ ਡਿਫਰੈਂਟ ਪਰਫੋਰਮ ਕੀਤਾ, ਜਰਾ ਵੀ ਇੱਦਾਂ ਨਹੀਂ ਲੱਗਿਆ, ਬਿਲਕੁਲ 1% ਵੀ ਬੋਰ ਨਹੀਂ ਹੋਏ ਕਿ ਚਲੇ ਜਾਈਏ ਵਾਪਸ। ਸਾਰਾ ਟਾਈਮ ਹੁਣ ਸਾਨੂੰ ਇੱਥੇ 7 ਵੱਜ ਗਿਆ, ਅਸੀਂ ਦੁਪਹਿਰ ਦੇ 2 ਵਜੇ ਦੇ ਆਏ ਹੋਏ ਹਾਂ, ਸਾਨੂੰ ਇੰਨਾ ਵਧੀਆ ਲੱਗਿਆ ਤੇ ਸਾਰੇ ਇੰਨੇ ਸੋਹਣੇ ਸੋਹਣੇ ਬਣ ਕੇ ਆਏ, ਇੰਨੇ ਸੋਹਣੇ ਸੋਹਣੇ ਪੰਜਾਬੀ ਸੂਟ ਪਾ ਕੇ ਆਏ, ਮੈਨੂੰ ਤਾਂ ਸੱਚੀ ਪੰਜਾਬ ਦੀ ਯਾਦ ਆ ਗਈ ਤੇ ਬਹੁਤ ਵਧੀਆ ਰਿਹਾ। ਆਈ ਹੋਪ ਆਲ ਦਾ ਬੈਸਟ ਫੋਰ ਦੈਮ, ਕਿਉਂਕਿ ਅੱਗੇ ਵੀ ਇਹ ਕਰਾਂਗੇ ਤਾਂ ਆਈ ਹੋਪ ਇੱਦਾਂ ਦੇ ਹੀ ਰਹਿਣ। ਤੇ ਬਹੁਤ ਸੋਹਣੇ ਇਹਨਾਂ ਦਾ ਮੇਲਾ ਸੀ, ਮੇਰਾ ਚਾਹੇ ਫਸਟ ਐਕਸਪੀਰੀਅੰਸ ਸੀ ਬਟ ਮੈਨੂੰ ਬਹੁਤ ਸੋਹਣਾ ਲੱਗਿਆ। ਸੋ ਥੈਂਕ ਯੂ ਗਾਈਜ਼, ਥੈਂਕ ਯੂ ਸੋ ਮਚ। ਕੈਨੇਡਾ ਤੋਂ ਮਲਕੀਤ ਸਿੰਘ ਦੀ ਰਿਪੋਰਟ, ਹਮਦਰਦ TV।